ਸਾਸਤਰੀ ਕਾਲ ਜੀ ਮੇਰਾ ਨਾਮ ਜੀ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ 47 YouTube ਚੈਨਲ ਤੇ ਕੁੜੀਆਂ ਬਾਰੇ ਗੱਲ ਕਰਾਂਗੇ ਆਪਾਂ ਹਨਾ ਵੀ ਕੁੜੀਆਂ ਲਈ ਯੂਰਪ ਸੇਫ ਆ ਕਿ ਨਹੀਂ ਸੇਫ ਹਨਾ ਕੁੜੀਆਂ ਨੂੰ ਯੂਰਪ ਪਾਉਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸੋ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਹਨਾ ਵੀ ਅਸੀਂ ਸ਼ੈਨੇ ਕਰਾਉਣਾ ਯੂਰਪ ਪਾਉਣਾ ਸੋ ਬਹੁਤ ਸਾਰੀਆਂ ਭੈਣਾਂ ਮੇਰੀਆਂ ਆਲਰੇਡੀ ਬਾਹਰ ਬੈਠੀਆਂ ਹੋਈਆਂ ਹਨਾ ਕਿਸੇ ਹੋਰ ਕੰਟਰੀ 'ਚ ਉਹਨਾਂ ਦਾ ਉਹਨਾਂ ਨੂੰ ਆਇਆ ਕਿ ਅਸੀਂ ਚਲੋ ਆਪਣੀ ਸੈਟਲਮੈਂਟ ਕਰ ਲਈਏ ਗਾਂ 'ਤੇ ਜਾ ਕੇ ਹਨਾ ਕਿ ਫੈਮਿਲੀ ਨੂੰ ਸੱਦ ਲਾਂਗੇ ਬਹੁਤ ਸਾਰੀਆਂ ਕੁੜੀਆਂ ਤੇ ਜ਼ਿਆਦਾਤਰ ਹੁੰਦਾ ਹੁੰਦਾ ਹੀ ਆ ਹਨਾ ਕੁੜੀਆਂ ਜ਼ਿੰਮੇਵਾਰ ਹੁੰਦੀਆਂ ਵਾ ਤੇ ਮੁੰਡੇ ਵੀ ਬਹੁਤ ਹੁੰਦੇ ਆ ਮੇਰੇ ਗਿਆ ਸਿਆਣੇ ਸਿਆਣੇ ਤੇ ਵੀ ਕੁੜੀਆਂ ਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਸਭ ਤੋਂ ਵੱਡੀਆਂ ਚੀਜ਼ਾਂ ਹੁੰਦੀਆਂ ਹਨਾ ਵੀ ਵੀ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਤੇ ਕੀ ਕੀ ਮੁਸ਼ਕਲਾਂ ਆਉਂਦੀਆਂ ਕੁੜੀਆਂ ਨੂੰ ਠੀਕ ਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਮੁਸ਼ਕਲਾਂ ਕੀ ਆਉਣੀਆਂ ਤੇ ਸੋ ਅੱਜ ਦੀ ਵੀਡੀਓ 'ਚ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਸੋ ਜਿਹੜੇ ਮੇਰੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਹਨਾ ਤੁਹਾਡੀ ਭੈਣ ਵੀ ਆ ਭੈਣਾਂ ਸਾਰਿਆਂ ਦੀਆਂ ਚਲੋ ਹਨਾ ਹੁੰਦੀਆਂ ਸਾਰਿਆਂ ਦੀਆਂ ਸਾਂਝੀਆਂ ਹਨਾ ਪਰ ਰਿਸਪੈਕਟ ਕਰਦੇ ਹਨਾ ਤੇ ਵੀ ਤੁਹਾਡੀਆਂ ਭੈਣਾਂ ਮੇਰੀਆਂ ਭੈਣਾਂ ਜਾਂ ਜਮਰੀਆਂ ਭੈਣਾਂ ਜਿਹੜੀਆਂ ਚੈਨਲ ਵੇਖ ਰਹੀਆਂ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਆ ਤੇ ਕਿਉਂਕਿ ਆਪਾਂ ਆਪਾਂ ਸਾਰਿਆਂ ਦੀ ਗੱਲ ਕਰਨੀ ਆ ਯਾਰ ਆਪਾਂ ਸਾਰੇ ਸਾਰੇ ਆਪਣੇ ਇੱਕ ਆਪਾਂ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦਾ ਹੁੰਦਾ ਕਿ ਯਾਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਹਨਾ ਤੇ ਇਹ ਆਪਾਂ ਇਦਾਂ ਹੀ ਰਹਿਣਾ ਇਦਾਂ ਨਹੀਂ ਕੋਈ ਇਸ਼ੂ ਹੈਗਾ ਵੀ ਉਹ ਕੁੜੀਆਂ ਬਾਰੇ ਗੱਲ ਕਰਨੀ ਆਪਾਂ ਜਿਹੜੀਆਂ ਕੁੜੀਆਂ ਬਾਹਰ ਆਉਣਾ ਚਾਹੁੰਦੀਆਂ ਠੀਕ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਨਲਾਈਨ ਟਾਈਮ 'ਚ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਜਿਹੜੀਆਂ ਆਨਲਾਈਨ ਟਾਈਮ 'ਚ ਤੁਹਾਨੂੰ ਵੀਡੀਓ ਮਿਲਦੇ ਰਹਿਣ ਬਹੁਤ ਸਾਰੀਆਂ ਵੀਡੀਓ ਪਾਉਣੀਆਂ ਆ ਪਰ ਟੈਂਸ਼ਨ ਨਾਲ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਕਿ ਜਿਹੜੀਆਂ ਚੀਜ਼ਾਂ ਹੁਣ ਆਪਾਂ ਲਈ ਆਸੇ-ਪਾਸੇ ਵੀ ਨਹੀਂ ਹਨਾ ਕਾਫੀ ਟਾਈਮ ਹੋ ਗਿਆ ਹੁਣ ਤਾਂ 4 ਸਾਲ ਹੋਣ ਆਲੇ ਆ ਬਾਹਰ ਆ ਇਹਨੂੰ ਤੇ ਤੁਸੀਂ ਵੀਡੀਓ ਜਰੂਰ ਵੇਖਦੇ ਰਹਿਣਾ ਹਨਾ ਤੇ ਬਾਰਾ ਟਾਈਮ ਲਈ ਤੁਹਾਡਾ ਖਰਾਬ ਕਰਦੇ ਜੀ ਵੀਡੀਓ ਨੂੰ ਕਰਦੇ ਆ ਸ਼ੁਰੂ ਸੋ लेट्स स्टार्ट ਦਾ ਵੀਡੀਓ ਜੀ ਸੋ ਹਾਂ ਜੀ ਜਿਹੜੀ ਮੈਂ ਗੱਲ ਮੇਨ ਕਹਿ ਰਿਹਾ ਸੀ ਕਿ ਕੁੜੀਆਂ ਨੂੰ ਬਾਹਰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਤੇ ਕਿੱਥੇ ਆਉਣਾ ਚਾਹੀਦਾ ਹਨਾ ਸੋ ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਕਿ ਕੁੜੀਆਂ ਨੂੰ ਸਭ ਤੋਂ ਪਹਿਲਾਂ ਦਵਾਰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਹਾਂ ਡੈਫੀਨੇਟਲੀ ਆਉਣਾ ਚਾਹੀਦਾ ਵਾ ਕਿਉਂ ਨਹੀਂ ਆਉਣਾ ਚਾਹੀਦਾ ਮੈਨੂੰ ਸਭ ਤੋਂ ਪਹਿਲਾਂ ਇਸ ਚੀਜ਼ ਦਾ ਸਵਾਲ ਦਾ ਜਵਾਬ ਦਿਓ ਕਿ ਕਿਉਂ ਨਹੀਂ ਆਉਣਾ ਚਾਹੀਦਾ ਕੁੜੀਆਂ ਨੂੰ ਠੀਕ ਆ ਕਿਉਂ ਕੁੜੀਆਂ ਦੇ ਸੁਪਨੇ ਨਹੀਂ ਹੁੰਦੇ ਕਿਉਂ ਕੁੜੀਆਂ ਬਾਹਰ ਆਣ ਕੇ ਕਮਾਈ ਨਹੀਂ ਕਰ ਸਕਦੀਆਂ ਠੀਕ ਆ ਸੋ ਚਲੋ ਮੈਂ ਮੁਸ਼ਕਲਾਂ ਦਾ ਵੀ ਦੱਸੂਗਾ ਕਿ ਕੀ ਮੁਸ਼ਕਲਾ ਹੁੰਦੀਆਂ ਠੀਕ ਆ ਬਟ ਕਿਉਂ ਆਉਣਾ ਚਾਹੀਦਾ ਮੈਂ ਇਹ ਚੀਜ਼ ਕਹੂੰਗਾ ਵੀ ਹਾਂ ਆਉਣਾ ਚਾਹੀਦਾ ਹਰ ਇੱਕ ਕੁੜੀਆਂ ਕੁੜੀਆਂ ਅੱਜ ਦੇ ਟਾਈਮ 'ਚ ਅ ਮੁੰਡਿਆਂ ਦੇ ਬਰਾਬਰ ਹੀ ਆ ਹਨਾ ਸਾਰੀਆਂ ਆਪਣੀਆਂ ਭੈਣਾਂ ਹੀ ਆ ਇੱਕ ਕੁੜੀ ਨੂੰ ਛੱਡ ਕੇ ਉਹਨਾਂ ਦਾ ਵਿਆਹ ਵੀ ਕਰੋੜਾਂ ਭਰਾਓ ਤੇ ਵੀ ਆਪਾਂ ਨੂੰ ਅ ਇਦਾਂ ਹੁੰਦਾ ਕਿ ਹਾਂ ਆਉਣਾ ਚਾਹੀਦਾ ਹੋਣਾ ਚਾਹੀਦਾ ਜ਼ਰੂਰ ਆਉਣਾ ਚਾਹੀਦਾ ਵਾ ਤੇ ਆਉਣਾ ਕਿੱਥੇ ਜਾਇਦਾ ਵਾ ਹਨਾ ਕੋਈ ਹੁਣ ਜ਼ਿਆਦਾਤਰ ਕੁੜੀਆਂ ਪੜ੍ਹਾਈ 'ਚ ਹਿਸ਼ਿਆਰ ਹੁੰਦੀਆਂ ਸੋ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਜੇ ਤੁਸੀਂ ਕੁੜੀ ਹੋ ਗੱਲ ਸੁਣੋ ਮੇਰੀ ਜੇ ਤੁਸੀਂ ਪੜ੍ਹ ਸਕਦੀਆਂ ਨਾ ਤਾਂ ਸਟੱਡੀ ਵੀਜ਼ੇ ਤੇ ਜ਼ਰੂਰ ਆਓ ਸਟੱਡੀ ਵੀਜ਼ੇ ਦੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਹੁੰਦਾ ਕਿਉਂਕਿ ਕੁੜੀਆਂ ਪੜ੍ਹ ਕੇ ਸਟੱਡੀ ਕਰਕੇ ਜੌਬ ਕਰ ਲੈਂਦੀਆਂ ਹਨਾ ਤੇ ਕੰਟਰੀਆਂ ਕਿਹੜੀਆਂ-ਕਿਹੜੀਆਂ ਹੋਣੀਆਂ ਚਾਹੀਦੀਆਂ ਉਹ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਪਾ ਚੁੱਕਾ ਕਿ ਕਿਹੜੀ-ਕਿਹੜੀ ਕੰਟਰੀ ਚ ਤੁਹਾਨੂੰ ਕਿੱਥੇ-ਕੁਥੇ ਦਾ ਫਾਇਦਾ ਹਨਾ ਤੇ ਆਪਾਂ ਪਰਸਨਲੀ ਟਰੈਵਲ ਕਰਕੇ ਵੀ ਗਾਂ ਆਨਲਾਈਨ ਟਾਈਮ ਜਦੋਂ ਆਪਾਂ ਟਰੈਵਲ ਕਰਿਆ ਕਰਾਂਗੇ ਤੇ ਸ਼ੇਅਰ ਕਰਾਂਗੇ ਜ਼ਰੂਰ ਤੇ ਸਟੂਡੈਂਟ ਵੀਜ਼ਾ ਸਭ ਤੋਂ ਜ਼ਿਆਦਾ ਮੈਟਰ ਕਰਦਾ ਕਿ ਤੁਸੀਂ ਕਿੱਥੋਂ ਦਾ ਲੈਣਾ ਹਨਾ ਸੋ ਲਾਤਵੀਆ ਬਹੁਤ ਜ਼ਿਆਦਾ ਕੁੜੀਆਂ ਆਉਂਦੀਆਂ ਵਾਂ ਫਰਾਂਸ ਵੀ ਬਹੁਤ ਕੁੜੀਆਂ ਆਉਂਦੀਆਂ ਵਾਂ ਠੀਕ ਆ ਪਰਤਗਾਲ ਵੀ ਬਹੁਤ ਜ਼ਿਆਦਾ ਕੁੜੀਆਂ ਆਉਂਦੀਆਂ ਵਾਂ ਠੀਕ ਆ ਸਟੂਡੈਂਟ ਵੀਜ਼ਾ ਲੈ ਕੇ ਸੋ ਵੀਜ਼ਾ ਤੁਸੀਂ ਕਿੱਥੋਂ ਦਾ ਵੀ ਲੈ ਲਓ ਠੀਕ ਆ ਤੇ ਹੁਣ ਅੱਗੇ ਗੱਲ ਕਰਦੇ ਆ ਕਿ ਕੀ ਤੁਹਾਨੂੰ ਕੰਮ ਵਗੈਰਾ ਮਿਲ ਜੂਗਾ ਕਿ ਨਹੀਂ ਮਿਲ ਜੂਗਾ ਹਾਂ ਡੈਫੀਨਿਟਲੀ ਮਿਲ ਜੂਗਾ ਕੰਮ ਇਦਾਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਲੱਭੋਗੇ ਤਾਂ ਕੰਮ ਮਿਲੂਗਾ ਹਨਾ ਘਰੇ ਬੈਠੇ ਨੂੰ ਕਿਸੇ ਨੇ ਤੁਹਾਨੂੰ ਲਿਖ ਕੇ ਨਹੀਂ ਦੇ ਕੇ ਜਾਣਾ ਵੀ ਆ ਜਾਓ ਤੁਸੀਂ ਕੰਮ ਕਰ ਹੁਣ ਸਭ ਤੋਂ ਵੱਧ ਜੇ ਅਪ ਗੱਲ ਕਰੀਏ ਵੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਵੀ ਬੰਦਾ ਬਾਹਰ ਗਿਆ ਹੋਵੇ ਉਹ ਕਦੇ ਇਸ ਗੱਲੋਂ ਵਾਪਸ ਗਿਆ ਕਿ ਯਾਰ ਉਹਨੂੰ ਕੰਮ ਨਹੀਂ ਮਿਲਿਆ ਠੀਕ ਆ ਆਪਣਾ ਕੁੜੀਆਂ ਦੀ ਗੱਲ ਮੈਂ ਤਾਂ ਮੇਨ ਟੌਪਿਕ ਬਣਾ ਰਿਹਾ ਕਿਉਂਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਰਗੀਆਂ ਕੰਟਰੀਆਂ 'ਚ ਤਾਂ ਕੁੜੀਆਂ ਬਹੁਤ ਜਾਂਦੀਆਂ ਸਟੂਡੈਂਟ ਵੀਜ਼ੇ ਤੇ ਜਾਂ ਕੁੜੀਆਂ ਕੰਮ ਕਰਨ ਜਾਂਦੀਆਂ ਬਟ ਜਿਹੜੀਆਂ ਮੇਨ ਚੀਜ਼ ਆ ਜਾਂਦੀ ਹੈ ਕੁੜੀਆਂ ਦੀ ਆਪਣੇ ਯੂਰੋਪ ਦੇ ਵਿੱਚ ਆਪਾਂ ਯੂਰੋਪ ਨੂੰ ਲੈ ਕੇ ਚੱਲਣਾ ਹਨ ਹੋਰਾਂ ਕੰਟਰੀਆਂ ਦਾ ਐਕਸਪੀਰੀਅੰਸ ਚਲੋ ਅਲੱਗ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਦੇ ਰਿਸ਼ਤੇਦਾਰ ਗਏ ਆ ਹਨ ਮੇਨ ਆਪਣੇ ਮਾਪੇ ਇਸ ਚੀਜ਼ ਤੋਂ ਡਰਦੇ ਹੁੰਦੇ ਹਨਾ ਵੀ ਸਾਨੂੰ ਕੁੜੀਆਂ ਨੂੰ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਜਿਹਦਾ ਡੈਫੀਨੇਟਲੀ ਭੇਜਣਾ ਚਾਹੀਦਾ ਤੁਹਾਡੀ ਅਗਰ ਧੀ ਤੁਹਾਡੀ ਭੈਣ ਠੀਕ ਸਹੀ ਆ ਤੁਸੀਂ ਉਹਨੂੰ ਵਧੀਆ ਸੰਸਕਾਰ ਦਿੱਤੇ ਆ ਤਾਂ ਉਹਨੂੰ ਕੋਈ ਇਸ਼ੂ ਨਹੀਂ ਹੈਗਾ ਉਹਨੂੰ ਕੋਈ ਡਰ ਨਹੀਂ ਹੈਗਾ ਹਨਾ ਤੇ ਹੁਣ ਹਰ ਇੱਕ ਮਾਂ ਬਾਪ ਆਪਣੇ ਧੀ ਪੁੱਤ ਨੂੰ ਵਧੀਆ ਸੰਸਕਾਰ ਦਿੰਦਾ ਵਾ ਤੇ ਸਾਰੀਆਂ ਰਿਸਪੈਕਟਡ ਹੁੰਦੀਆਂ ਕੁੜੀਆਂ ਹਨਾ ਆਪਣੀਆਂ ਭੈਣਾਂ ਕਿਉਂਕਿ ਲੋਕ ਗੰਦੀ ਸੋਚ ਰੱਖਦੇ ਆ ਜਾਂ ਉਹਨਾਂ ਦੀ ਸੋਚ ਇਦਾਂ ਦੀ ਹੋ ਚੁੱਕੀ ਆ ਹਨਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਨਾ ਤੇ ਪਰ ਇਹ ਆ ਵੀ ਆਪਾਂ ਜੇ ਹੁਣ ਜੇ ਕਹੀਏ ਵੀ ਆਪਾਂ ਨਾਰਮਲੀ ਇਹ ਪਏ ਗੱਲ ਕਰਦੇ ਹੁੰਨੇ ਆ ਕਿ ਯਾਰ ਵੀ ਭੈਣਾਂ ਜੇ ਚੰਗੀਆਂ ਉਹ ਸਾਡੀਆਂ ਹੀ ਚੰਗੀਆਂ ਵਾ ਦੂਜੀਆਂ ਮਾੜੀਆਂ ਹਨਾ ਜੇ ਤੁਸੀਂ ਸਾਰਿਆਂ ਨੂੰ ਵੇਖ ਕੇ ਚੱਲੋ ਸਾਰਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਤੇ ਆਉਣਾ ਚਾਹੀਦਾ ਵਾ ਮੈਂ ਤੁਹਾਨੂੰ ਕਹੂੰਗਾ ਕਿ ਜੇਕਰ ਤੁਹਾਡੇ ਤੁਹਾਡੇ ਮਾਪੇ ਨਾਲ ਤੁਸੀਂ ਵੀਡੀਓ ਵੇਖ ਰਹੇ ਹੋ ਨਾ ਤੇ ਮੈਂ ਤੁਹਾਨੂੰ ਕਹੂੰਗਾ ਆਂਟੀ ਜੀ ਅੰਕਲ ਜੀ ਤੁਸੀਂ ਆਪਣੀ ਧੀ ਤੇ ਟਰਸਟ ਕਰੋ ਉਹਨੂੰ ਬਾਹਰ ਭੇਜੋ ਤਾਂ ਤੁਸੀਂ ਉਹਨੂੰ ਭੇਜੋ ਤੇ ਉਹ ਤੁਹਾਡਾ ਟਰਸਟ ਕਦੇ ਤੋੜੂਗੀ ਨਹੀਂ ਸਗੋ ਤੁਹਾਨੂੰ ਜ਼ਿਆਦਾ ਸੁੱਖ ਦੇਊਗੀ ਠੀਕ ਆ ਮੁੰਡਿਆਂ ਨਾਲੋਂ ਪਰ ਕੋਈ ਚੱਕਰ ਨਹੀਂ ਮੁੰਡੇ ਵੀ ਘਾਟ ਨਹੀਂ ਗਏ ਸੋ ਤੇ ਜਿਹਦੇ ਜਿਹਦੇ ਮਾਪੇ ਆਪਣੇ ਵਧੀਆ ਸੰਸਕਾਰ ਦਿੰਦੇ ਹੁੰਦੇ ਹਨਾ ਤੇ ਉਹਦੀਆਂ ਲਾਦਾ ਉਹਨਾਂ ਨੂੰ ਵਧੀਆ ਹੀ ਸੋਕ ਦਿਨ ਦੇ ਗਿਆ ਵਾ ਸੋ ਕੁੜੀਆਂ ਨੂੰ ਆਉਣਾ ਚਾਹੀਦਾ ਆਉਣਾ ਇੰਨਾ ਕੰਟਰੀਆਂ ਚ ਚਾਹੀਦਾ ਵਾ ਪੁਰਤਗਾਲ ਆ ਸਕਦੀਆਂ ਵਾ ਠੀਕਾ ਫਰਾਂਸ ਆ ਸਕਦੀਆਂ ਵਾ ਪਰ ਜੇ ਆਪਾਂ ਕੰਮਾਂ ਦੀ ਗੱਲ ਕਰੀਏ ਕਿ ਕੰਮ ਕਿੱਥੇ ਕਿੱਥੇ ਜ਼ਿਆਦਾ ਸੋ ਕੰਮ ਹਰ ਇੱਕ ਕੰਟਰੀ ਜੀ ਹੈਗਾ ਵਾ ਬਟ ਲੈਂਗੁਏਜ ਬਹੁਤ ਜ਼ਿਆਦਾ ਮੈਟਰ ਕਰਦੀ ਆ ਹਾਂ ਕੰਮ ਜਲਦੀ ਨਹੀਂ ਮਿਲਦਾ ਕੁੜੀਆਂ ਨੂੰ ਐਸ ਕੰਪੇਅਰ ਟੂ ਮੁੰਡਿਆਂ ਦੇ ਕਿਉਂਕਿ ਮੁੰਡਿਆਂ ਨੂੰ ਇਹ ਹੁੰਦਾ ਕਿ ਮੁੰਡਾ ਤਾਂ ਖੇਤੀ ਦਾ ਕੰਮ ਕਰ ਸਕਦਾ ਹਨਾ ਕੁੜੀ ਨਹੀਂ ਕਰ ਸਕਦੀ ਇਹ ਕੰਮ ਕੁੜੀਆਂ ਜਿਹੜਾ ਰੈਸਟੋਰੈਂਟ ਲਾਈਨ ਦੇ ਵਿੱਚ ਜ਼ਿਆਦਾ ਕੰਮ ਕਰ ਸਕਦੀਆਂ ਹਨਾ ਹਾਂ ਮੁਸ਼ਕਲਾ ਜ਼ਰੂਰ ਆਉਂਦੀਆਂ ਤੇ ਕੋਈ ਤੁਹਾਡਾ ਰਿਸ਼ਤੇਦਾਰ ਨਹੀਂ ਹੁੰਦਾ ਉੱਥੇ ਬਹੁਤ ਜ਼ਿਆਦਾ ਮੈਟਰ ਕਰ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਠੀਕ ਆ ਤੇ ਬਾਕੀ ਕਮਾਈ ਗੁਣੀਆ ਬਰਾਬਰੀ ਕਰਦੀਆਂ ਉਹ ਕੁੜ ਮੁੰਡਿਆਂ ਦੇ ਠੀਕ ਆ ਤੇ ਸੈਟਲਮੈਂਟ ਦੀ ਗੱਲ ਕਰੀਏ ਫਿਰ ਕੱਲ ਨੂੰ ਜਦੋਂ ਕੁੜੀਆਂ ਪੱਕੇ ਹੋ ਜਾਂਦੀਆਂ ਨਾਰਮਲ ਜ਼ਿਆਦਾਤਰ ਤਾਂ ਪੁਰਤਗਾਲ ਹੀ ਆਉਂਦੀਆਂ ਕੁੜੀਆਂ ਹਨਾ ਵੀ ਪੁਰਤਗਾਲ 'ਚ ਜੇ ਕੰਮ ਦੇ ਹਾਲਾਤ ਆ ਕੀ ਹਾਂ ਹੈਗੇ ਆ ਬਹੁਤ ਵਧੀਆ ਕੰਮ ਮਿਲ ਜਾਂਦਾ ਕੁੜੀਆਂ ਨੂੰ ਬਾਕੀ ਲੱਪਣ ਤੇ ਆ ਮੈਂ ਤਾਂ ਤੁਹਾਨੂੰ ਇਹ ਕਹਾਂਗਾ ਲੱਪਣਾ ਪੈਂਦਾ ਵਾ ਤੇ ਗਾਂ ਕੱਲ ਨੂੰ ਤੁਹਾਨੂੰ ਵੀ ਸੌਖ ਦੇਣੀਆਂ ਕੁੜੀਆਂ ਸੀਗਾ ਤੇ ਬਾਕੀ ਮੈਨੂੰ ਲੱਗਦਾ ਕਿ ਮੈਂ ਗੱਲ ਕਿੱਧਰੋਂ ਤੁਰਦਾ ਤੁਰਦਾ ਕਿੱਧਰ ਨੂੰ ਆ ਗਿਆ ਕੋਈ ਚੀਜ਼ ਮੇਰੇ ਤੋਂ ਸਕਿੱਪ ਰਹਿ ਗਈ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਆਨਲਾਈਨ ਟਾਈਮ 'ਚ ਉੱਤੇ ਵੀਡੀਓ ਬਣਾ ਦਾਂਗੇ ਠੀਕ ਆ ਬਾਕੀ ਜੇ ਕਿਸੇ ਨੇ ਗੱਲ ਕਰਨੀ ਹੋਊਗੀ ਠੀਕ ਆ ਮੇਰੀ ਭੈਣ ਨੇ ਰਿਸਪੈਕਟਡ ਆ ਮੈਂ ਆਪਾਂ ਭੈਣ ਕਹਿ ਕੇ ਗੱਲ ਕਰਦੇ ਆ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਆ ਆਪਾਂ ਜਦੋਂ ਟਾਈਮ ਹੋਊਗਾ ਰੀਪਲਾਈ ਕਰਾਂਗੇ ਹਨਾ ਤੇ ਬਾਕੀ ਆ ਕਿ ਆਉਣਾ ਚਾਹੀਦਾ ਕੁੜੀਆਂ ਨੂੰ ਤੇ ਪ੍ਰੋਬਲਮਸ ਕੀ ਆਉਂਦੀਆਂ ਉਹਦੇ ਬਾਰੇ ਆਪਾਂ ਜੇ ਗੱਲ ਕਰੀਏ ਹਨਾ ਕਿ ਕੀ ਕੀ ਪ੍ਰੋਬਲਮਸ ਆਉਂਦੀਆਂ ਕਿ ਮੁੰਡਿਆਂ ਦੇ ਕੰਪੀਅਰ ਤੇ ਕੰਮ ਨਹੀਂ ਮਿਲਦਾ ਠੀਕ ਆ ਤੇ ਸਭ ਤੋਂ ਵੇਨ ਚੀਜ਼ ਹੁੰਦੀ ਆ ਕਿ ਕੁੜੀਆਂ ਕੁੜੀਆਂ ਨੂੰ ਫਿਰ ਮੀਨਜ਼ ਇੱਕ ਗਲਤ ਨਿਕਾਣਾ ਲੋਕ ਬਹੁਤ ਵੇਂਦੇ ਆ ਨਾ ਕਿ ਹੁਣ ਇੱਕ ਮੁੰਡਾ ਵਾ ਚਾਰਾਂ ਮੁੰਡਿਆਂ ਚ ਦਾ ਰਹਿ ਸਕਦਾ ਪਰ ਇੱਕ ਕੁੜੀ ਚਾਰ ਤਿੰਨਾਂ ਕੁੜੀਆਂ ਚ ਤਾਂ ਰਹਿ ਲੂਗੀ ਪਰ ਤਿੰਨਾਂ ਮੁੰਡਿਆਂ ਚ ਨਹੀਂ ਨਾ ਰਹਿ ਸਕਦੀ ਇੱਕ ਮੁੰਡਾ ਚਾਰਾਂ ਕੁੜੀਆਂ ਚ ਰਹਿ ਲੂਗਾ ਪਰ ਚਾਰ ਕੁੜੀਆਂ ਚਾ ਮਿਕਸ ਹੋ ਗਿਆ ਯਾਰ ਵੀ ਇੱਕ ਕੁੜੀ ਚਾਰਾ ਮੁੰਡਿਆਂ ਚ ਨਹੀਂ ਰਹਿ ਸਕਦੀ ਹਨਾ ਤੁਹਾਨੂੰ ਪਤਾ ਹੀ ਆ ਤੁਸੀਂ ਇਹ ਆਪਾਂ ਹੁਣ ਆਪਾਂ ਨੂੰ ਆਪਣੀ ਇਹ ਆਪਣਾ ਕਲਚਰ ਆ ਹਨਾ ਜਾਇ ਕਿਸੇ ਵੀ ਆ ਤੇ ਵਧੀਆ ਵੀ ਨਹੀਂ ਲੱਗਦਾ ਹਨਾ ਵੀ ਕਿਉਂਕਿ ਕਿਉਂਕਿ ਲੋਕਾਂ ਦੀ ਸੋਚ ਇਦਾਂ ਦੀ ਹੋ ਚੁੱਕੀ ਹੈ ਹਨਾ ਤੇ ਇਹ ਮੇਨ ਪ੍ਰੋਬਲਮ ਆਉਂਦੀ ਆ ਤੇ ਕੰਮ ਲੱਭਣ ਚ ਪ੍ਰੋਬਲਮ ਆਉਂਦੀ ਆ ਕਿਉਂਕਿ ਕੁੜੀਆਂ ਦੀ ਹੈਲਪ ਕਰਨ ਨੂੰ ਚਲੋ ਹੈਲਪ ਤਾਂ ਕਰ ਦਿੰਦੇ ਹਰ ਹਰ ਇੱਕ ਬੰਦਾ ਕਰ ਦਿੰਦਾ ਹਨਾ ਕੁੜੀਆਂ ਦੀ ਸੋ ਕੋ ਜਿਆਦਾ ਹੈਲਪ ਕਰਦੇ ਲੋਕ ਠੀਕ ਆ ਬਟ ਇਹ ਚੀਜ਼ ਪ੍ਰੋਬਲਮ ਆ ਜਾਂਦੀ ਆ ਕਿ ਕੰਮ ਮਿਲਦਾ ਕਿਦਾਂ ਦਾ ਹਨਾ ਵੀ ਕਿਦਾਂ ਦਾ ਕਈ ਕੁੜੀਆਂ ਕੰਮ ਨਹੀਂ ਕਰ ਸਕਦੀਆਂ ਹਾਰਡਵਰਕ ਨਹੀਂ ਕਰ ਸਕਦੀਆਂ ਠੀਕ ਆ ਹਾਰਡਵਰਕ ਮੁੰਡੇ ਕਰ ਸਕਦੇ ਹਨ ਕੰਸਟਰਕਸ਼ਨ ਦਾ ਕੰਮ ਕੁੜੀਆਂ ਨਹੀਂ ਕਰ ਸਕਦੀਆਂ ਮੁੰਡੇ ਕਰ ਸਕਦੇ ਆ ਸੋ ਹੋਰ ਪ੍ਰੋਬਲਮਸ ਇਹ ਆ ਜਾਂਦੀਆਂ ਕਿ ਜਿੱਦਾਂ ਯਾਰ ਸੇਵਿੰਗ ਦੀ ਪ੍ਰੋਬਲਮ ਆ ਜਾਂਦੀ ਆ ਹਨਾ ਵੀ ਮੁੰਡੇ ਆਏ ਵੀ ਮੁੰਡਿਆਂ ਤੋਂ ਮਾਪੇ ਪੈਸੇ ਘੱਟ ਮੰਗਦੇ ਆ ਹਨਾ ਵੀ ਸਾਰੇ ਪਾਉਂਦੇ ਹੀ ਆ ਚਲੋ ਹਨਾ ਪਰ ਕੁੜੀਆਂ ਵਾਸਤੇ ਜ਼ਿਆਦਾ ਸਟ੍ਰੈਸ ਹ ਕੁੜੀਆਂ ਦੋ ਤਰ੍ਹਾਂ ਦੋ ਫੈਮਲੀਆ ਚ ਮਿਕਸ ਆ ਭੁਗ ਰਹਿ ਜਾਂਦੀ ਆ ਆਪਣੇ ਮਾਪੇ ਪੇਕਿਆਂ ਦੀ ਵੀ ਸੋਚਦੀ ਸਹੁਰਿਆਂ ਦੀ ਵੀ ਸੋਚਦੀ ਸੋ ਬਾਲੀਆਂ ਮੁਸ਼ਕਲਾਂ ਨਹੀਂ ਆਉਂਦੀਆਂ ਜੇ ਮੈਂ ਕਹਾਂ ਕਿ 90 90% ਤੁਹਾਨੂੰ 70% ਮੈਂ ਕਹੂੰਗਾ ਵੀ ਤੁਹਾਨੂੰ ਸੌਖ ਮਿਲਦਾ ਵਾ ਤੁਹਾਨੂੰ ਫਾਇਦਾ ਵਾ 30% ਤੁਹਾਨੂੰ ਥੋੜਾ ਜਿਹਾ ਦੁੱਖ ਮਿਲਦਾ ਮੈਂ ਇਹ ਕਹੂੰਗਾ ਤੇ ਬਾਕੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕਾ ਜਿੱਥੇ ਰੱਬ ਤੁਹਾਡੇ ਨਾਲ ਆ ਠੀਕਾ ਤੇ ਤੁਹਾਨੂੰ ਘਬਰਾਉਣ ਦੀ ਲੋੜ ਹੀ ਕੋਈ ਨਹੀਂ ਹੈਗੀ ਹੋਬਾ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਊਗੀ ਠੀਕਾ ਮੇਰੇ ਤੋਂ ਬੋਲਦਿਆਂ ਕੋਈ ਵੀ ਗਲਤੀ ਹੋ ਗਈ ਆ ਉਹਦੇ ਲਈ ਸੌਰੀ ਆਣਾ ਕਿਉਂਕਿ ਮੈਂ ਆਪਣੇ ਵੱਲ ਕੋਸ਼ਿਸ਼ ਕਰਦਾ ਹੁਣਾ ਕਿ ਆਪਾਂ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਸਕੀਏ ਕਿਸੇ ਦੇ ਮਨ ਨੂੰ ਮੇਠੇ ਇਸ ਪਛਾਈ ਹੋਵੇ ਉਹਦੇ ਲਈ ਸੌਰੀ ਆ ਠੀਕ ਆ ਬਾਕੀ ਜੇ ਕੋਈ ਥੱਲੇ ਕਮੈਂਟ ਕਰਕੇ ਮੇਰੇ ਤੋਂ ਕੋਈ ਜਸਟੀਫਿਕੇਸ਼ਨ ਮੰਗੂਗਾ ਮੈਂ ਬਾਲਿਆਂ ਨੂੰ ਜਸਟੀਫਿਕੇਸ਼ਨ ਨਹੀਂ ਦੇ ਸਕਦਾ ਹਨਾ ਤੇ ਤਦ ਤੱਕ ਆਪਣਾ ਖਿਆਲ ਰੱਖੋ ਆਪਣੇ ਮਾਪੇ ਦਾ ਖਿਆਲ ਰੱਖੋ ਠੀਕ ਆ ਜੀ ਤੇ ਖੁਸ਼ ਰਹੋ ਆਬਾਦ ਰਹੋ ਠੀਕ ਆ ਜੀ ਆਪਣੇ ਮਾਪੇ ਦਾ ਖਿਆਲ ਰੱਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਆ ਜੀ ਤੋਂ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਦੇ ਨਾਲ ਵਧੀਆ ਕਨਸੈਪਟ ਦੇ ਨਾਲ ਠੀਕ ਹੈ ਤਦ ਤੱਕ ਖਿਆਲ ਰੱਖੋ ਜੀ ਆਪਣਾ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਤੇ ਅੱਲਾ ਫੇਜ਼ੀ